ਸਰ ਚੱਲਿਆ ਜਿੱਥੇ ਮਜੀਠਾ ਰੋਡ ਤੇ ਦੇਰ ਰਾਤ ਹੋਟਲ ਦੇ ਵਿੱਚ ਫਾਇਰਿੰਗ ਹੋਈ ਹੈ। ਹੋਟਲ ਚ ਲੁਕੇ ਟਰੈਵਲ ਏਜੰਟ ਨੂੰ ਪੈਸੇ ਦੇਣ ਆਏ ਨੌਜਵਾਨਾਂ ਨੇ ਫਾਇਰਿੰਗ ਕਰ ਦਿੱਤੀ। ਟਰੈਵਲ ਏਜੰਟ ਨੂੰ ਪੈਸੇ ਦੇਣ ਦੀ ਬਜਾਏ ਪੈਸੇ ਲੈ ਕੇ ਵਾਪਸ ਫਰਾਰ ਹੋਣ ਲੱਗੇ ਸੀ ਨੌਜਵਾਨ। ਹੋਟਲ ਮੈਨੇਜਰ ਦੇ ਵੱਲੋਂ ਰੋਕਣ ਤੇ ਨੌਜਵਾਨਾਂ ਨੇ ਫਾਇਰਿੰਗ ਕਰ ਦਿੱਤੀ। ਜ਼ਖਮੀ ਹੋਟਲ ਮੈਨੇਜਰ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਜਾਂਚ ਜਾਰੀ ਹੈ। ਅੰਮ੍ਰਿਤਸਰ ਦੇ ਮਜੀਠਾ ਰੋਡ ਤੇ ਦੇਰ ਰਾਤ ਹੋਟਲ ਦੇ ਵਿੱਚ ਫਾਇਰਿੰਗ ਹੋਈ ਹੈ। ਹੋਟਲ ਚ ਰੁਕੇ ਟਰੈਵਲ ਏਜੰਟ ਨੂੰ ਪੈਸੇ ਦੇਣ ਆਏ ਨੌਜਵਾਨਾਂ ਨੇ ਫਾਇਰਿੰਗ ਕੀਤੀ ਅਤੇ ਇੱਥੋਂ ਭੱਜ ਗਏ। ਬੀਤੀ ਰਾਤ ਫਾਇਰਿੰਗ ਹੋਈ ਹੈ, ਨੌਜਵਾਨ ਜ਼ਖਮੀ ਹੋਇਆ ਜੋ ਟਰੈਵਲ ਏਜੰਟ ਦੱਸਿਆ ਜਾ ਰਿਹਾ। ਜਦੋਂ ਇਹਨਾਂ ਨੇ ਜੀ 16-17 ਲੱਖ ਦੇ ਕਰੀਬ ਰੁਪਇਆ ਇਹਨੇ ਕਢਵਾ ਕੇ ਇੱਥੇ ਰੱਖਿਆ ਹੋਇਆ ਸੀਗਾ। ਜਦੋਂ ਜਿਹੜਾ ਜਤਿੰਦਰ ਦੁਬਈ ਵਿੱਚ ਹੈ ਉਸਨੇ ਆਪਣੇ ਬ੍ਰਦਰ ਜਿਸਦਾ ਨਾਮ ਰਵਿੰਦਰ ਸਿੰਘ ਉਰਫ ਰਿੱਕੀ ਹੈ ਉਸ ਨੂੰ ਭੇਜਿਆ ਅਤੇ ਉਸ ਨਾਲ 3 ਲੜਕੇ ਹੋਰ ਆਏ। ਇਹਨਾਂ 4 ਲੜਕਿਆਂ ਨੇ ਇੱਥੇ ਅੰਦਰ ਆ ਕੇ ਪੈਸੇ ਵਗੈਰਾ ਕਾਊਂਟ ਕੀਤੇ ਅਤੇ ਉਸ ਤੋਂ ਬਾਅਦ ਉਹਨਾਂ ਨੂੰ ਰੂਮ ਦੇ ਵਿੱਚ ਬੰਦ ਕਰਕੇ ਉੱਥੋਂ ਪੈਸੇ ਭੱਜਣ ਦੀ ਫਰਾਰ ਪੈਸੇ ਲੈ ਕੇ ਫਰਾਰ ਕਰਨ ਹੋਣ ਦੀ ਕੋਸ਼ਿਸ਼ ਕੀਤੀ। ਜਦੋਂ ਦੋਨੋਂ ਜੋ ਇੱਥੇ ਰਹਿ ਰਹੇ ਸਨ ਉਹਨਾਂ ਨੇ ਰੌਲਾ ਪਾਇਆ ਤਾਂ ਜੋ JK ਹੋਟਲ ਦਾ ਮੈਨੇਜਰ ਆ ਜਿਸਦਾ ਨਾਮ ਮਨਰੂਪ ਸਿੰਘ ਆ ਅਤੇ ਉਸਦੇ 2 ਹੋਰ ਨਾਲ ਕੰਮ ਕਰਨ ਵਾਲੇ ਲੜਕਿਆਂ ਨੇ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਉਹਨਾਂ ਵੱਲੋਂ ਫਾਇਰਿੰਗ ਕੀਤੀ ਗਈ ਜਿਸ ਵਿੱਚ ਮਨਰੂਪ ਸਿੰਘ ਦੇ ਹੱਥ 'ਤੇ 1 ਗੋਲੀ ਲੱਗੀ ਹੈ। ਹੁਣ ਅਸੀਂ ਮੁੱਢਲੀ ਇਹਨਾਂ ਦੋਨਾਂ ਤੋਂ ਇੱਕ ਲੜਕੇ ਦਾ ਬਿਆਨ ਲੈ ਕੇ ਪਰਮਵੀਰ ਔਲਖ ਸਰ ਨਾਲ ਫੋਨਲਾਈਨ 'ਤੇ ਜੁੜ ਚੁੱਕੇ ਨੇ। ਪਰਮਵੀਰ ਔਲਖ ਦਾ ਰੁਕ ਕਰ ਲੈਂਦੇ ਹਾਂ। ਪਰਮਵੀਰ, ਪੂਰਾ ਮਸਲਾ ਪਹਿਲਾਂ ਤਾਂ ਜਾਣਨਾ ਚਾਹਾਂਗੇ ਕਿ ਹੋਇਆ ਕਿਸੀ, ਕਿੰਨੇ ਜਾਣੇ ਆਏ ਸੀ, ਕਿਉਂ ਫਾਇਰਿੰਗ ਕੀਤੀ ਅਤੇ ਹੁਣ ਤੱਕ ਕੀ ਕੁਝ ਅਪਡੇਟਸ ਨੇ? ਦੇਖੋ, ਤੁਸੀਂ ਅੰਮ੍ਰਿਤਸਰ ਦੇ ਮਾਹੌਲ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਜਿਹੜੀ ਹੈ ਇੱਕ ਗੁੰਡਾਗਰਦੀ ਕੀਤੀ ਜਾ ਰਹੀ ਹੈ ਕੋਈ ਨੌਜਵਾਨਾਂ ਵੱਲੋਂ, ਤਾਂ ਇਹ ਬੀਤੀ ਰਾਤ ਦੀ ਜਿਹੜੀ ਹੈ ਉਹ ਘਟਨਾ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਹੋਟਲ ਦੇ ਬਾਹਰ ਫਾਇਰਿੰਗ ਕੀਤੀ ਗਈ ਆ। ਮਜੀਠਾ ਰੋਡ ਇਲਾਕਾ ਹੈ ਉਸਦਾ, ਦੇਰ ਰਾਤ ਦਾ ਇਹ ਅਸੀਂ ਕਹਿ ਲਈਏ ਕਿ ਫਾਇਰਿੰਗ ਦੀ ਘਟਨਾ ਸਾਹਮਣੇ ਆਈ ਹੈ ਜਿਸ ਦੇ ਵਿੱਚ ਇੱਕ ਲੜਕੇ ਦੇ ਹੱਥ 'ਤੇ ਗੋਲੀ ਲੱਗੀ ਹੈ। ਇਹ ਦੋਵਾਂ ਧਿਰਾਂ ਵਿਚਾਲੇ ਜਿਹੜਾ ਸੀਗਾ ਝਗੜਾ ਕਾਫੀ ਲੰਮੇ ਸਮੇਂ ਤੋਂ ਚੱਲਦਾ ਆ ਰਿਹਾ ਸੀਗਾ। ਇਸੇ ਨੂੰ ਦੇਖਦੇ ਹੋਏ ਪੁਲਿਸ ਜਿਹੜੀ ਮੌਕੇ ਤੇ ਪਹੁੰਚੀ ਹੈ ਤੇ ਦੋਨਾਂ ਧਿਰਾਂ ਦੇ ਜਿਹੜੇ ਬਿਆਨ ਹੈ ਉਹ ਦਰਜ ਕੀਤੇ ਆ, ਖਾਸ ਕਰਕੇ ਉਹਨਾਂ ਦੇ ਕੀਤੇ ਆ ਜਿਹੜੇ ਜ਼ਖਮੀ ਹੋਏ ਸੀਗੇ। ਸੋ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਤੇ ਜਾਂਚ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਜੀ। ਜੀ ਜੀ, ਅੰਮ੍ਰਿਤਸਰ ਦੇ ਵਿੱਚ ਪਹਿਲੀ ਘਟਨਾ ਨਹੀਂ, ਇਸ ਤੋਂ ਪਹਿਲਾਂ ਵੀ ਕਈ ਇਸ ਤਰ੍ਹਾਂ ਦੀਆਂ ਘਟਨਾਵਾਂ ਹੋਈਆਂ ਨੇ, ਗੋਲੀਬਾਰੀ ਹੋਈ ਹੈ, ਇਹ ਸਭ ਪੁਲਿਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਤੇ ਵੀ ਸਵਾਲ ਖੜੇ ਕਰਦੇ। ਇੱਕ ਸਵਾਲ ਇਹ ਵੀ ਹੈ ਕਿ ਜਿਸ ਹੋਟਲ ਦੇ ਵਿੱਚ ਅਜਿਹੀਆਂ ਗੋਲੀਆਂ ਚਲਾਈਆਂ ਗਈਆਂ ਉੱਥੋਂ ਪੁਲਿਸ ਚੁੰਗੀ ਕਿੰਨੀ ਦੂਰ ਸੀ? ਦੇਖੋ, ਜੇਕਰ ਅਸੀਂ ਪੁਲਿਸ ਦੀ ਗੱਲ ਕਰੀਏ ਤਾਂ ਇਹ ਸ਼ਹਿਰੀ ਇਲਾਕਾ ਪੈਂਦਾ ਤਾਂ ਪੁਲਿਸ ਬਿਲਕੁਲ ਨਜ਼ਦੀਕ ਹੀ ਪੁਲਿਸ ਚੌਂਕੀ ਹੈ, ਪਰ ਇੱਥੇ ਇਹ ਵੀ ਦੇਖੋ ਦੇਖਣਾ ਬਣਦਾ ਹੈਗਾ ਕਿ ਆਖਿਰਕਾਰ ਇਸ ਦਾ ਕਾਰਨ ਕੀ ਰਹੇ ਨੇ ਕਿ ਜਿਹੜੇ ਪੈਸੇ ਦਿੱਤੇ ਸੀਗੇ ਕਿਸੇ ਏਜੰਟ ਨੂੰ ਉਹ ਹੋਟਲ ਦੇ ਵਿੱਚ ਠਹਿਰਿਆ ਸੀਗਾ। ਸੋ ਇਸੇ ਕਰਕੇ ਹੀ ਇਹਨਾਂ ਦੇ ਕੁਝ ਆਪਸੀ ਕਾਹਾ ਸੁਣੀ ਹੋਈ ਹੈ। ਸੋ ਪੁਲਿਸ ਉਹੀ ਜਾਂਚ ਕਰ ਰਹੀ ਹੈ ਕਿ ਆਖਿਰਕਾਰ ਇਹ ਨੌਬਤ ਕਿਉਂ ਆਈ ਕਿ ਗੋਲੀ ਚਲਾਉਣੀ ਪੈ ਗਈ। ਸੋ ਸੈਲਫ ਡਿਫੈਂਸ ਦੇ ਵਿੱਚ ਗੋਲੀ ਚਲਾਈ ਹੈ ਜਾਂ ਜਾਣ ਬੁੱਝ ਕੇ ਗੋਲੀ ਚਲਾਈ ਗਈ ਹੈ ਉਹ ਸੀਸੀਟੀਵੀ। ਪਰਮਵੀਰ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਤਮਾਮ ਜਾਣਕਾਰੀ ਸਾਡੇ ਤੱਕ ਪਹੁੰਚਾਉਣ ਦੇ ਲਈ। ਤਾਂ ਤਸਵੀਰਾਂ ਅੰਮ੍ਰਿਤਸਰ ਦੀਆਂ ਨੇ ਜਿੱਥੇ ਇੱਕ ਹੋਟਲ ਦੇ ਵਿੱਚ ਜਿਹੜੀਆਂ ਨੇ ਗੋਲੀਆਂ ਚੱਲੀਆਂ ਨੇ।